ਹਾਂਜੀ ਦੋਸਤੋ, ਸਭ ਦਾ ਸਵਾਗਤ ਹੈ ਜੀ। ਅਤੇ ਮੈਂ ਸਾਹਿਬ ਵਿਰਕ, ਮੇਰੇ ਨਾਲ ਨੇ ਸਰਦਾਰ ਜੋਗਾ ਸਿੰਘ ਜੀ, ਰਿਟਾਇਰਡ ਹੈੱਡ ਮਾਸਟਰ ਧੂਰੀ ਤੋਂ, ਅਤੇ ਜਿਨ੍ਹਾਂ ਦੀ ਨੇਚਰ ਵਿਊ ਜਿਹੜੀ ਇਹ ਨਰਸਰੀ ਦੇ ਵਿੱਚ ਆਏ ਸੀ। ਅਤੇ ਇਹ ਹੈਗਾ ਇਨਸੂਲਿਨ ਦਾ ਬੂਟਾ। ਅੱਜ ਜਿਹੜੀ ਸ਼ੂਗਰ ਦੀ ਸਮੱਸਿਆ ਹੈ ਉਹ ਜੇ ਕਹਿ ਲਈਏ ਤਾਂ 60% ਤੋਂ ਵੀ ਵਧੇਰੇ, ਵੀ ਹਰ 10 ਦੇ ਵਿੱਚੋਂ 6 ਵਿਅਕਤੀ ਕਿਤੇ ਨਾ ਕਿਤੇ ਸ਼ੂਗਰ ਨਾਲ ਗ੍ਰਸਤ ਨੇ ਜੀ। ਅਤੇ ਮੈਂ ਚਾਹਾਂਗਾ ਜੀ ਸਰਦਾਰ ਜੋਗਾ ਸਿੰਘ ਜੀ, ਤੁਸੀਂ ਇਹਦੇ ਬੂਟੇ ਬਾਰੇ ਜਾਣਕਾਰੀ ਦਿਓ, ਮਰੀਜ਼ ਕਿਵੇਂ ਲੈ ਸਕਦਾ, ਕੀ ਇਸ ਦੇ ਫਾਇਦੇ ਨੇ। ਬਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਇਹ ਆਪਣੇ ਸਾਹਮਣੇ ਹੈ ਇਨਸੂਲਿਨ ਦਾ ਬੂਟਾ, ਜਿਹਨੂੰ ਕੋਸਟਸ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ। ਸੋ ਇਸ ਦੇ ਜਿਹੜੇ ਪੱਤੇ ਨੇ ਇਹ ਖਾਣ ਦੇ ਨਾਲ ਜਿਹੜਾ ਹੈਗਾ ਬਲੱਡ ਦੇ ਵਿੱਚ ਜਿਹੜਾ ਇਨਸੂਲਿਨ ਸਾਡੀ ਜਾਂ ਸ਼ੂਗਰ ਦਾ ਵਾਧਾ ਹੈਗਾ, ਉਸ ਨੂੰ ਮਤਲਬ ਕਿ ਇਹਦੇ ਪੱਤੇ ਨੇ ਇਨਸੂਲਿਨ ਨੂੰ ਜਿਹੜਾ ਹੈਗਾ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਇਸ ਦੇ ਨਾਲ ਜਿਹੜਾ ਆਪਣੇ ਸ਼ੂਗਰ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਹੁੰਦੀ ਹੈ। ਸੋ ਇਹਦਾ ਜਿਹੜਾ ਖਾਣ ਦਾ ਤਰੀਕਾ ਹੈ ਉਹ ਪਹਿਲੇ ਹਫ਼ਤੇ ਸੁਬਹਾ ਸ਼ਾਮ ਦੋ ਪੱਤੇ ਖਾਣੇ ਆ। ਇਹ ਦੋ ਪੱਤੇ ਜਿਵੇਂ ਇੱਕ ਇਹ ਪੂਰਾ ਪੱਤਾ? ਹਾਂ, ਇੱਕ ਪੂਰਾ ਪੱਤਾ ਜਿਹੜਾ ਹੈਗਾ ਇਹਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ। ਤੇ ਇੱਕ ਇੱਕ ਪੱਤਾ ਖਾਣੇ ਸਵੇਰੇ ਸ਼ਾਮ? ਦੋ ਪੱਤੇ ਜੀ, ਦੋ ਪੱਤੇ ਸਵੇਰੇ, ਦੋ ਸ਼ਾਮ ਨੂੰ। ਦੋ ਸ਼ਾਮ ਨੂੰ, ਹਾਂਜੀ। ਤੇ ਇਸ ਤੋਂ ਬਾਅਦ ਇੱਕ ਹਫ਼ਤਾ ਇਸ ਤਰ੍ਹਾਂ ਲੈਣਾ, ਉਦੋਂ ਬਾਅਦ ਦੋ ਹਫ਼ਤੇ ਜਿਹੜਾ ਹੈਗਾ ਉਹ ਫਿਰ ਇੱਕ ਪੱਤਾ ਸਵੇਰੇ ਇੱਕ ਪੱਤਾ ਸ਼ਾਮ ਨੂੰ ਖਾਣਾ। ਮਤਲਬ ਇੱਕ ਹਫ਼ਤਾ ਲਗਾਤਾਰ, ਜਿਵੇਂ ਚਾਰ ਪੱਤੇ ਕਹਿ ਸਕਦੇ ਰੋਜ਼ਾਨਾ, ਰੋਜ਼ਾਨਾ ਚਾਰ ਪੱਤੇ ਹੋ ਗਏ, 7 ਦਿਨ 28 ਪੱਤੇ ਹੋ ਗਏ। ਹਾਂਜੀ ਹਾਂਜੀ। ਉਸ ਤੋਂ ਬਾਅਦ 14 ਪੱਤੇ, ਇੱਕ ਇੱਕ ਪੱਤਾ ਰੋਜ਼ ਸਵੇਰੇ ਸ਼ਾਮ? ਖਾਲੀ ਪੇਟ? ਖਾਲੀ ਪੇਟ ਖਾਣਾ ਜੀ, ਖਾਲੀ ਪੇਟ ਖਾਣਾ। ਖਾਣ ਪੀਣ ਕਿੰਨੀ ਦੇਰ ਬਾਅਦ ਕਰਨਾ ਜੀ? ਖਾਣਾ 1 ਘੰਟੇ ਬਾਅਦ ਜੀ। 1 ਘੰਟੇ ਬਾਅਦ ਖਾਣਾ ਖਾ ਸਕਦਾ? ਹਾਂ, 1 ਘੰਟੇ ਬਾਅਦ ਜਿਹੜਾ ਹੈਗਾ ਪੇਸ਼ੈਂਟ ਦਾ ਖਾਣਾ ਖਾ ਸਕਦਾ। ਠੀਕ ਹੈ। ਸੋ ਕਿਉਂਕਿ ਅੱਜ ਜਿਹੜੀ ਹੈਗੀ ਆ ਸ਼ੂਗਰ ਬਹੁਤ ਜ਼ਿਆਦਾ ਲੋਕਾਂ ਨੂੰ ਹੈਗੀ ਆ, ਸਾਡੇ ਕੋਲ ਵੀ ਲੋਕ ਇਸ ਪੱਤੇ ਦੀ ਜਿਹੜੀ ਹੈਗੀ ਆ ਪਲਾਂਟ ਦੀ ਡਿਮਾਂਡ ਬਹੁਤ ਕਰਦੇ ਆ। ਠੀਕ ਹੈ ਜੀ। ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਹੈਗਾ ਇਹ ਇਨਸੂਲਿਨ ਨੂੰ ਪ੍ਰੋਡਿਊਸ ਕਰਦਾ ਅੰਦਰ ਪੈਂਕਰੀਆਸ ਦੇ ਵਿੱਚ ਜਾ ਕੇ, ਅਤੇ ਇਹਦੇ ਨਾਲ ਬੜਾ ਛੇਤੀ ਜਿਹੜਾ ਹੈਗਾ ਮਰੀਜ਼ ਉਹ ਕਵਰ ਹੁੰਦਾ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਇਸ ਦੇ ਨਾਲ ਇਹ ਮਿਲਦਾ ਜੁਲਦਾ ਜਿਹੜਾ ਦੂਜਾ ਬੂਟਾ ਹੈਗਾ ਗੁੜਮਾਰ ਆ ਜੀ, ਉਹ ਵੀ ਸ਼ੂਗਰ ਵਾਸਤੇ ਆ। ਅੱਛਾ। ਹਾਂਜੀ, ਉਹਦਾ ਵੀ ਜਿਹੜਾ ਪੱਤਾ ਹੈਗਾ ਉਹ ਵੀ ਆਪਾਂ ਖਾਲੀ ਪੇਟ ਸੁਬਹਾ ਸ਼ਾਮ ਖਾਣਾ। ਉਹ ਸਰ ਮੈਂ ਚਾਹਾਂਗਾ ਗੁੜਮਾਰ ਦਾ ਬੂਟਾ ਵੀ ਇੱਥੇ ਸਾਨੂੰ ਦਿਖਾਉਣ ਦੇ ਨਾਲ ਸਰੋਤੇ ਦਰਸ਼ਕ ਆਪਾਂ ਨੂੰ ਵੇਖ ਕੇ ਉਹ ਦਿਖਾ ਦਿੰਦੇ ਆ। ਹਾਂਜੀ 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 ਸਰ, ਇਹ ਹੈਗਾ ਜੀ, ਤੁਸੀਂ ਇਹ ਹੁਣੀ ਰਖਵਾਇਆ ਜਿਹੜਾ, ਇਹ ਗੁੜਮਾਰ ਹੈ ਜੀ? ਇਹ ਗੁੜਮਾਰ ਹੈ ਜੀ। ਸੋ ਇਸ ਜਿਹੜਾ ਪਲਾਂਟ ਹੈਗਾ ਇਸ ਦੇ ਪੱਤੇ ਵੀ ਖਾਣ ਦੇ ਨਾਲ ਜਿਹੜਾ ਸ਼ੂਗਰ ਦਾ ਲੈਵਲ ਹੈ ਉਹ ਡਾਊਨ ਆਉਂਦਾ। ਇਹ ਪੱਤੇ ਕਿੰਨੇ ਖਾਣੇ ਹੁੰਦੇ ਨੇ ਇਹਦੇ? ਇਹਦਾ ਵੀ ਉਸੇ ਤਰ੍ਹਾਂ ਹੀ ਖਾਣਾ ਜੀ, ਦੋ ਦੋ। ਹਾਂਜੀ। ਤੇ ਇਹ ਸਰ ਜਿਵੇਂ ਮੰਨ ਲਓ ਕਿਸੇ ਨੇ ਦੋਨੇ ਬੂਟੇ ਲਾਏ ਹੋਏ ਨੇ, ਹਾਂਜੀ, ਕੀ ਫਿਰ ਇਹ ਦੋਨਾਂ ਦੀ ਦੋ ਦੋ ਬੂਟੇ ਪੱਤੇ ਖਾਵੇ? ਨਹੀਂ ਜੀ, ਇੱਕ ਪਲਾਂਟ ਐਟ ਏ ਟਾਈਮ, ਮਤਲਬ ਆਪਾਂ ਨੇ ਇੱਕ ਪਲਾਂਟ ਦੇ ਹੀ ਖਾਣੇ ਆ ਸ਼ੁਰੂ, ਇੱਕ ਹੀ ਖਾਣਾ, ਚਾਹੇ ਇਹ ਲੈ ਲਓ ਚਾਹੇ ਇਹ ਲੈ ਲਓ। ਠੀਕ ਹੈ। ਤੇ ਇਹਦਾ ਸਰ ਜਦੋਂ ਮਰੀਜ਼ ਸ਼ੁਰੂ ਕਰੂਗਾ, ਹਾਂਜੀ, ਉਦੋਂ ਚੈੱਕ ਕਰਾ ਸਕਦਾ ਆਪਣੀ ਸ਼ੂਗਰ ਦਾ ਲੈਵਲ? ਮਤਲਬ ਪਹਿਲਾਂ ਤੁਸੀਂ ਜਿਹੜਾ ਮਰੀਜ਼ ਹੈਗਾ ਖਾਣ ਤੋਂ ਪਹਿਲਾਂ ਆਪਣੀ ਸ਼ੂਗਰ ਜਿਹੜਾ ਹੈਗਾ ਲੈਵਲ ਚੈੱਕ ਕਰਾਵੇ, ਤੇ ਹਫ਼ਤਾ ਬਾਅਦ ਜਿਹੜਾ ਹੈਗਾ ਖਾਣ ਤੋਂ ਬਾਅਦ ਉਹ ਚੈੱਕ ਕਰਾਵੇ, ਤਾਂ ਉਹਨੂੰ ਮਤਲਬ ਫਰਕ ਪਤਾ ਲੱਗੇਗਾ। ਠੀਕ ਹੈ। ਹਾਂਜੀ। ਤੇ ਇਸ ਦਾ ਜਿਹੜਾ ਕੋਈ ਸਾਈਡ ਇਫੈਕਟ ਹੈ ਸਿਹਤ ਨੂੰ? ਦੇਖੋ, ਜ਼ਿਆਦਾ ਖਾਣੇ ਨਹੀਂ, ਜਿੰਨੇ ਮਤਲਬ ਰਿਕਮੈਂਡਡ ਨੇ ਉਨੇ ਹੀ ਖਾਣੇ ਚਾਹੀਦੇ ਨੇ, ਜ਼ਿਆਦਾ ਖਾਣ ਨਾਲ ਮਤਲਬ ਨੁਕਸਾਨ ਹੋ ਸਕਦਾ। ਠੀਕ ਹੈ। ਹਾਂਜੀ। ਅਤੇ ਜਾਣੀ ਖੈਰ ਜ਼ਿਆਦਾ ਖਾਣਾ ਤਾਂ ਪ੍ਰਸ਼ਾਦਾ ਵੀ ਮਾੜਾ ਹੁੰਦਾ। ਹਾਂ। ਅਤੇ ਮਤਲਬ ਜਿੰਨੀ ਵੀ ਰਿਕਮੈਂਡਡ ਡੋਜ਼ ਹੈਗੀ ਆ ਉਨੀ ਹੀ ਲੈਣੀ ਚਾਹੀਦੀ ਆ। ਅਤੇ ਇਹਦਾ ਬੂਟਾ ਜਿਹੜਾ ਕਦੋਂ ਲੱਗਦੇ ਨੇ ਜੀ? ਘਰ 'ਚ ਕਿਸੇ ਨੇ ਤਿਆਰ ਕਰਨੇ ਨੇ, ਤੁਹਾਡੇ ਤੋਂ ਲਿਆਉਣੇ ਨੇ, ਤਾਂ ਉਹ ਕਿਹੜੇ ਸੀਜ਼ਨ 'ਚ ਲਿਆਉਣੇ? ਮਤਲਬ ਕੋਈ ਜਿਹੜਾ ਪਲਾਂਟ ਲਾਉਣਾ ਉਹਦੇ 2 ਸੀਜ਼ਨ ਹੁੰਦੇ ਆ ਜੀ। ਜੀ। ਇੱਕ ਹੁੰਦਾ ਫਰਵਰੀ ਮਾਰਚ ਅਤੇ ਦੂਸਰਾ ਹੈਗਾ ਅਗਸਤ ਸਤੰਬਰ ਦੇ ਵਿੱਚ। ਯਾਨੀ ਹੁਣ ਫਰਵਰੀ ਦੇ ਵਿੱਚ? ਹਾਂ, ਫਰਵਰੀ ਦੇ ਵਿੱਚ ਇਹਨਾਂ ਦੇ ਜਿਹੜੇ ਪਲਾਂਟ ਨੇ ਉਹ ਕੋਈ ਵੀ ਵਿਅਕਤੀ ਲਿਜਾ ਕੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਲਗਾ ਸਕਦਾ। ਇਹ ਗਮਲੇ ਦੇ ਵਿੱਚ ਵੀ ਲੱਗ ਸਕਦੇ ਨੇ, ਧਰਤੀ ਦੇ ਵਿੱਚ ਵੀ ਲੱਗ ਸਕਦੇ ਨੇ, ਦੋਨੇ ਬੂਟੇ? ਦੋਨੇ ਬੂਟੇ, ਚਾਹੇ ਮਿੱਟੀ ਸਿੱਧੇ ਲਾ ਲਓ ਜ਼ਮੀਨ 'ਚ, ਚਾਹੇ ਗਮਲਿਆਂ 'ਚ, ਚਾਹੇ ਗਮਲਿਆਂ 'ਚ, ਮਤਲਬ ਜਗ੍ਹਾ ਜਿਹਦੇ ਕੋਲ ਜਗ੍ਹਾ ਹੈਗੀ ਆ ਤਾਂ ਉਹ ਮਿੱਟੀ ਦੇ ਵਿੱਚ ਲਾਵੇ ਤਾਂ ਜ਼ਿਆਦਾ ਵਧੀਆ ਹੈਗਾ। ਜੇ ਜਗ੍ਹਾ ਦੀ ਕੋਈ ਕਮੀ ਹੈਗੀ ਆ ਕਿਸੇ ਘਰਾਂ ਦੇ ਵਿੱਚ, ਆਮ ਤੌਰ 'ਤੇ ਸ਼ਹਿਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੱਚੀ ਥਾਂ ਨਹੀਂ ਹੁੰਦੀ,
ਤਾਂ ਉਹ ਬੰਦੇ ਨੇ ਜਿਹੜੇ ਉਹ ਆਪਣਾ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਨੇ। ਇਹ ਸਰ ਫਿਰ ਇਹਦੀ ਉਚਾਈ ਕਿੰਨੀ ਹੁੰਦੀ, ਵੱਡਾ ਕਿੰਨਾ ਹੋ ਜਾਂਦਾ ਗੁੜਮਾਰ ਦਾ? ਗੁੜਮਾਰ ਜਿਹੜਾ ਹੈਗਾ ਇਹ ਕੋਈ 7-8 ਫੁੱਟ ਤੱਕ ਦਾ ਉੱਚਾ ਹੋ ਜਾਂਦਾ ਜੀ, ਗਮਲੇ 'ਚ, ਗਮਲੇ ਦੇ ਵਿੱਚ ਵੀ ਹੋ ਜਾਂਦਾ। ਪਰ ਇਹ ਹੈਗਾ ਵੀ ਜੇ ਉਹ ਗਮਲੇ 'ਚ ਲਾਉਂਦਾ ਤਾਂ ਉਹਨੂੰ 6 ਮਹੀਨਿਆਂ ਬਾਅਦ ਇਹਦੀ ਮਿੱਟੀ ਜਿਹੜੀ ਹੈਗੀ ਅਸੀਂ ਉਹਨੂੰ ਰੀਪੋਟਿੰਗ ਕਹਿੰਦੇ ਹਾਂ, ਉਹ ਬਦਲਣੀ ਪਵੇਗੀ ਅਤੇ ਖਾਦ ਵਗੈਰਾ ਨਵੀਂ ਪਾਉਣੀ ਪਊ। ਜਿਹੜੀ ਮਿੱਟੀ ਜਿਵੇਂ ਬਦਲਣੀ ਹੈ, ਜੇ ਕੋਈ ਹੈਲਪ ਤੁਹਾਡੀ ਮੰਗਣੀ ਚਾਹੇ ਮੁੜ ਕੇ ਮਿੱਟੀ ਸਾਨੂੰ ਚੇਂਜ ਕਰਕੇ, ਇਹ ਵੀ ਕਰ ਦਿਓ? ਹਾਂ ਇਹ ਕਰ ਦਿੰਦੇ ਅਸੀਂ। ਠੀਕ ਹੈ। ਅੱਛਾ ਸਰ, ਜਿਹੜਾ ਇਹ ਬੂਟਾ ਹੈ, ਇੱਕ ਬੂਟਾ ਹੈ, ਮੰਨ ਲਓ ਘਰ 'ਚ ਕਿਸੇ ਦੇ 1 ਜਾਂ 2 ਮਰੀਜ਼, ਤਾਂ ਹੁਣ ਸਾਰਿਆਂ ਪਰ ਇਸ ਤਰ੍ਹਾਂ ਹੋ ਰਿਹਾ ਜੀ? ਹਾਂਜੀ। ਅਤੇ ਪਰਮਾਤਮਾ ਸਾਹਿਬ ਨੂੰ ਠੀਕ ਰੱਖੇ, ਪਰ ਜਿਹੜਾ ਇੱਕ ਮਰੀਜ਼ ਹੈ ਉਸ ਦੇ ਵਾਸਤੇ ਬੂਟੇ ਕਿੰਨੇ ਜ਼ਰੂਰੀ ਨੇ ਘਰ 'ਚ? ਘੱਟੋ ਘੱਟ 3 ਕੁ ਬੂਟੇ ਤਾਂ ਚਾਹੀਦੇ ਹੀ ਚਾਹੀਦੇ ਆ ਜੀ। ਅੱਛਾ। ਤਾਂ ਕਿ ਰੋਟੇਸ਼ਨ ਦੇ ਵਿੱਚ ਮਤਲਬ ਉਹਨਾਂ ਨੂੰ ਪੱਤੇ ਅਵੇਲੇਬਲ ਹੋ ਸਕਣ। ਹਾਂਜੀ ਹਾਂਜੀ ਹਾਂਜੀ। ਇਹਨਾਂ ਨੂੰ ਪੱਤੇ ਜ਼ਿਆਦਾ ਜਾਣੀ ਫਰਵਰੀ ਤੋਂ ਹੀ ਆਉਂਦੇ ਨੇ? ਹਾਂ ਮਤਲਬ ਹੁਣ ਦੇਖੋ ਇਹਨਾਂ ਦਾ ਫਟਾਰਾ, ਆਹ ਦੇਖੋ ਤੁਸੀਂ ਫਟਾਰਾ ਨਿਕਲ ਰਿਹਾ ਇਹਨਾਂ ਦਾ, ਕਿਉਂਕਿ ਹੁਣ ਨਿਕਲ ਰਿਹਾ ਠੰਡ ਥੋੜ੍ਹਾ ਨੀਚੇ ਆ ਜਾਣੀ ਆ, ਤਾਂ ਇਹਨਾਂ ਨੇ ਬੂਟਿਆਂ ਨੇ ਭਲੀ ਭਾਂਤ ਚੱਲ ਪੈਣਾ। ਠੀਕ ਹੈ। ਠੰਡ ਦੇ ਵਿੱਚ ਜਿਹੜਾ ਹੈਗਾ, ਜ਼ਿਆਦਾ ਗਰਮੀ ਦੇ ਵਿੱਚ ਅਤੇ ਜ਼ਿਆਦਾ ਸਰਦੀ ਦੇ ਵਿੱਚ ਜਿਹੜੇ ਉਹਨਾਂ ਦੀ ਗਰੋਥ ਜਿਹੜੀ ਹੈਗੀ ਆ ਰੁਕ ਜਾਂਦੀ ਹੈ। ਇਹਨਾਂ ਦਾ ਸਰ ਪਾਊਡਰ ਵੀ ਬਣ ਜਾਂਦਾ ਜੀ? ਨਹੀਂ ਪਾਊਡਰ ਨਹੀਂ, ਮਤਲਬ ਇਹਨੂੰ ਫਰੈਸ਼ ਪੱਤਾ ਖਾਧਾ ਜਾਵੇ ਤਾਂ ਉਹਦਾ ਜ਼ਿਆਦਾ ਬੈਨੀਫਿਟ ਆ, ਕਿਉਂਕਿ ਇਹਦੇ ਵਿੱਚੋਂ ਜਿਹੜੇ ਐਲਕਲਾਈਡ ਹੁੰਦੇ ਨਿਕਲਦੇ ਨੇ ਜਿਨ੍ਹਾਂ ਨੇ ਅੰਦਰ ਜਾ ਕੇ ਪੈਂਕਰੀਆ ਦੇ ਵਿੱਚ ਐਕਸ਼ਨ ਕਰਨਾ, ਉਹ ਜ਼ਿਆਦਾ ਜਿਹੜੇ ਫਰੈਸ਼ ਦੇ ਵਿੱਚ ਹੀ ਮਤਲਬ ਕੰਮ ਕਰਦੇ। ਠੀਕ ਹੈ। ਜਾਣੀ ਤਾਜ਼ੀ ਚੀਜ਼ ਜਿਹੜੀ ਕੁਦਰਤ ਦੀ ਹੈ ਸਿੱਧਾ ਉਹ ਲੈਣਾ ਉਹਨੂੰ? ਠੀਕ ਹੈ। ਹਾਂਜੀ ਤਾਜ਼ੀ ਮਤਲਬ ਇਹ ਖਾਣਾ ਬਣਦਾ। ਠੀਕ ਹੈ। ਕੁਛ ਹੋਰ ਇਹਦੇ ਬਾਰੇ ਦੱਸਣਾ ਚਾਹੋਗੇ ਜਾਂ ਕੰਪਲੀਟ ਹੈ ਇਹਦਾ ਜੀ? ਬਸ ਠੀਕ ਹੈ ਜੀ, ਬਸ ਇਹੀ ਹੈਗਾ ਵੀ ਵੱਧ ਤੋਂ ਵੱਧ ਇਹਨਾਂ ਦੀ ਕੀਮਤ ਕਿੰਨੀ ਕੁ ਹੁੰਦੀ ਆਮ, ਜਿਵੇਂ ਮੰਨ ਲਓ ਕੋਈ ਤੁਹਾਡੇ ਤੋਂ ਲੋਕਲ ਇਹਨਾਂ ਨੂੰ ਲੈਣ ਆਉਂਦੇ ਨੇ, ਇੱਕ ਬੂਟਾ 2 ਲੈਂਦੇ ਨੇ? ਹਾਂਜੀ ਮਤਲਬ ਜਿਵੇਂ ਇਹ ਹੈਗਾ ਇਹ ਤਕਰੀਬਨ ਗੁੜਮਾਰ 100 ਰੁਪਏ ਦਾ ਪਲਾਂਟ ਆ ਜੀ। ਠੀਕ ਹੈ ਜੀ। ਇਹ ਕੋਈ ਜਿਹੜਾ ਹੈਗਾ ਇਹ 250 ਰੁਪਏ ਦਾ ਪਲਾਂਟ। ਠੀਕ ਹੈ ਜੀ। ਅਤੇ ਇਹਨਾਂ ਦੀ ਪਿਓਰਿਟੀ ਦੀ ਗਰੰਟੀ ਹੈ? ਪਿਓਰਿਟੀ ਮਤਲਬ ਅਸੀਂ ਜੋ ਵੀ ਚੀਜ਼ ਰੱਖਦੇ ਓਰੀਜਨਲ ਰੱਖਦੇ ਹਾਂ ਜੀ, ਨੋ ਡੁਪਲੀਕੇਸੀ। ਠੀਕ ਹੈ ਜੀ। ਚਲੋ ਇਹ ਬੜੀ ਇੱਕ ਖੁਸ਼ੀ ਦੀ ਗੱਲ ਹੈ, ਕਿਉਂਕਿ ਤੁਸੀਂ ਜਿੰਨੀ ਸਾਰੀ ਉਮਰ ਜਿਹੜੀ ਅਧਿਆਪਕ ਰਹੇ ਹੋ ਤੇ ਉਹ ਖੇਤੀਬਾੜੀ ਦੇ ਵਿਸ਼ੇ ਨਾਲ ਸੰਬੰਧਿਤ ਰਹੇ ਹੋ, ਪੜ੍ਹਾਈ ਵੀ ਤੁਹਾਡੀ BSc ਐਗਰੀਕਲਚਰ ਤੇ ਅੱਗੇ ਤੁਸੀਂ ਹੈੱਡ ਮਾਸਟਰ ਦੇ ਅਹੁਦੇ ਤੇ ਗਏ, ਤਾਂ ਹੀ ਇਹ ਸਾਨੂੰ ਚੰਗਾ ਲੱਗਿਆ, ਕਿਉਂਕਿ ਅੱਜ ਜਿਵੇਂ ਚੈਨਲ ਨੇ ਸੋਸ਼ਲ ਮੀਡੀਆ ਇਸ 'ਤੇ ਨਾ ਇੱਕ ਇਸ ਤਰ੍ਹਾਂ ਦੀ ਭਰਮਾਰ ਹੈ, ਜੇ ਕਿਸੇ ਨੂੰ ਘੱਟ ਵੀ ਜਾਣਕਾਰੀ ਹੈ ਉਹ ਵੀ ਮਤਲਬ ਉਹ 'ਤੇ ਜਾਣਕਾਰੀ ਮੁਹੱਈਆ ਕਰਵਾ ਰਿਹਾ। ਠੀਕ ਹੈ। ਪਰ ਇਹ ਜਿਹੜੀ ਸਿਹਤ ਹੈ ਉਸ ਦੇ ਨਾਲ ਜਿਹੜਾ ਕੁਦਰਤ ਦੇ ਨਾਲ ਨਾਲ ਇੱਕ ਐਕਸਪਰਟ ਜਿਹੜਾ ਹੋਣਾ ਚਾਹੀਦਾ, ਤਜਰਬੇਕਾਰ ਹੀ ਹੋਣਾ ਚਾਹੀਦਾ ਜਿਹੜਾ ਸਹੀ ਜਾਣਕਾਰੀ ਦੇ। ਹਾਂ ਮਤਲਬ ਜਾਣਕਾਰੀ ਬੜੀ ਜ਼ਰੂਰੀ ਹੈ ਜੀ, ਇਸ ਕਰਕੇ ਇਹ ਮੈਂ ਕੰਮ ਇਸੇ ਕਰਕੇ ਸ਼ੁਰੂ ਕੀਤਾ ਜੀ। ਠੀਕ ਹੈ। ਮੇਰਾ ਸ਼ੌਕ ਵੀ ਹੈਗਾ, ਮੇਰਾ ਸਬਜੈਕਟ ਵੀ ਹੈਗਾ, ਬਾਕੀ ਇਹ ਕਿਸਮ ਦੀ ਸੇਵਾ। ਠੀਕ ਹੈ, ਸਹੀ ਹੈ। ਮਤਲਬ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਸਹੀ ਚੀਜ਼, ਪਿਓਰ ਚੀਜ਼ ਜਿਹੜੀ ਹੈਗੀ ਆ ਉਹ ਮਿਲ ਸਕੇ। ਸੋ ਅਸੀਂ ਇਸ ਢੰਗ ਦੇ ਨਾਲ ਜਿੱਥੇ ਲੋਕਾਂ ਦਾ ਉਪਚਾਰ ਹੋਣਾ ਤਾਂ ਉਹਦੇ ਨਾਲ ਅਸੀਂ ਵਾਤਾਵਰਨ ਜਿਹੜਾ ਹੈਗਾ ਉਹਨੂੰ ਵੀ ਮਤਲਬ ਸ਼ੁੱਧ ਕਰਨ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਜਿਹੜਾ ਵਾਤਾਵਰਨ ਆ ਉਹਨੂੰ ਮਤਲਬ ਕਿ ਸ਼ੁੱਧ ਕਰਨ ਦੇ ਵਿੱਚ ਆਪਣਾ ਜਿਹੜਾ ਹੈਗਾ।